ये कहना चाहेंगे कि जो हम हमेशा देखते आए कि जो बड़े नेता मराठवाड़ा या सेंट्रलाइज है उनके आगे फिर से हमारे जो यहाँ के विदर्भ के जो नेता है ये पंगू साबित हुए इस तरीके से, तो वही हुआ है जो उम्मीद थी उस पर खरे उतरे ये। तो वाकई पर लगता है कि नागपुर को एक स्मार्ट सिटी का नाम देना चाहिए? हाँ बिल्कुल लेना चाहिए। हमारे आज यहाँ से जो पावर प्लांट्स है आज हमारा विदर्भ और नागपुर से ही पूरा स्टोन्स जो है ये मेजर मिनरल सिटी है और विदर्भ जो है अब इसको इस दर्जे से नीचे लेते जा रहे हैं और यहाँ जितने पावर प्लांट्स और जितनी इंडस्ट्रीज और जो डेवलपमेंट यहाँ होना चाहिए था जो आ रहे थे इससे सब रुक जाएगा। वाहिगुरु जी का खालसा वाहिगुरु जी की फतेह। अज श्री अकाल तख्त साहिब विखे सिख विद्वाना बुद्धिजीवियों ते पंथक जथेबंदियों के नुमाइंदियों की एकत्रता बुलाई गई सी जिहदे विच खास करके सिंह साहब ज्ञानी मल सिंह जी जथेदार तख्त श्री केसगढ़ साहब, सिंह साहब ज्ञानी गुरमुख सिंह जी जथेदार तख्त श्री दमदमा साहब तलवंडी साबो हाजिर होए और जथेबंदियों की वड्डी गिनती विच सिंह एकत्र होए। उन्हां सारियां सिख संगतां ने पंथक जथेबंदियों ने विद्वानों ने विचार करके श्री अकाल तख्त साहिब नूं अपनी जो रिपोर्ट है जां बेनती है वो देंदियां होइयां ये गल कही गई कि जो श्री अकाल तख्त साहिब वल्लों प्रमाणित रहे सिख रहित मर्यादा ते पंथ परंपरा की उलंघना करदे आ ਟਰਾਲੀ ਲੈ ਆਇਆ ਵਾ ਆਉਂਦੇ ਗੱਡੀ ਗੱਡੀ ਪੁੱਲ ਤੇ ਭਾਈ ਹਸਪਤਾਲ ਤੋਂ ਆਇਆ ਇੱਥੋਂ ਹੋਟਲ ਅਤੇ ਗੱਡੀ ਲੈਣ ਲਈ ਬਲਾਸਟ ਮਾਰਤਾ ਬਸ ਟਰਾਈ ਲੈਣ ਆਏ ਗੱਡੀ ਲੈਣੀ ਸੀ ਆਪਾਂ ਇਹ ਟਰਾਈ ਲੈਣਾ ਸੀ ਗੱਡੀ ਦੀ ਆਪਾਂ ਇਹ ਭਾਈ ਹਸਪਤਾਲ ਹੋਟਲ ਲੋ ਗੱਡੀ ਪੁੱਲ ਤੇ ਆਈ ਹੈ ਬਸ ਸਿੱਧਾ ਬਲਾਸਟ ਕਰ ਗਈ ਹੈ ਪੂਰੇ 'ਚ ਕੋਈ ਆਪਾਂ ਬਚ ਗਏ ਤਿੰਨ ਜਾਣੇ ਆਪਾਂ ਗੱਡੀ ਬੈਠੇ ਨਾਲ ਮੇਰੇ ਦੋ ਯਾਰ ਦੋਸਤ ਸੀ ਉਹ ਆਪਾਂ ਬਚ ਪੰਜਾਹ ਗਿਆ ਡੱਬਾ ਉਹ ਮਾਜਰ ਹੋਟਲ ਤੋਂ ਆਇਆ ਗੱਡੀ ਟਰਾਈ ਲੈਣ ਵਾਸਤੇ ਮੁੰਡੇ ਆਏ ਸੀ ਜਦੋਂ ਇਹ ਪੁੱਲ ਤੇ ਆਈ ਹੈ ਗੱਡੀ ਅਤੇ ਅੱਗੋਂ ਆਗ ਪਈ ਉਹਨਾਂ ਨੂੰ ਇਹ ਮੁੰਡਿਆਂ ਨੇ ਫੌਰੀ ਉਸੇ ਉੱਤਰ ਗਏ ਵਿੱਚੋਂ ਅੱਗ ਜਿਹੜੀ ਆ ਫਿਰ ਉੱਥੇ ਕੋਈ ਬੁਝਣ ਦਾ ਇੰਤਜ਼ਾਮ ਨਾ ਹੋਣ ਕਰਕੇ ਅੱਗ ਲੱਗ ਗਈ ਆ ਫਾਇਰ ਬ੍ਰਿਗੇਡ ਆਇਆ ਅੱਗ ਬੁਝਾ ਦਿੱਤੀ ਆ ਮੈਂ ਗੱਡੀ ਟੋਟਲ ਲੌਸ ਹੋ ਗਈ ਗੱਡੀ ਸਾਰੀ ਸੜ ਗਈ ਮਾਸੀਆਂ ਦੇ ਲੜਕਿਆਂ ਨੇ 30 ਲੱਖ ਦੇ ਰੁਪਏ ਦੇ ਲਾਲਚ ਵਿੱਚ ਜਿਹੜੇ ਕਿ ਅਸੀਂ ਨੌਕਰੀਆਂ ਵਾਸਤੇ ਦਿੱਤੇ ਸੀ ਝਾਸਾ ਲਾ ਕੇ ਉਹਦੇ ਵਿੱਚ ਕਰਕੇ ਉਹਦੇ ਲਾਲਚ ਵਿੱਚ ਆਣ ਕੇ ਜਿਹਦਾ ਨਾਂ ਹਰਦਿਆਲ ਸਿੰਘ ਦੂਸਰੀ ਮਾਸੀ ਦੇ ਬੱਚੇ ਦਾ ਨਾਂ ਜਿਹੜਾ ਉਹ ਸੁਰਜੀਤ ਸਾਹਿਬ ਉਹ ਦੋਵੇਂ ਸਾਰੇ ਜਾਣੇ ਇੱਕ ਜਣਾ ਹੋਰ ਧਾਰੀਵਾਲ ਦਾ ਲੇਲਾਂ ਦਾ ਸ਼ਾਇਦ ਉਹਦੀ ਦੁਕਾਨ ਧਾਰੀਵਾਲ ਹੈ ਉਹਦੇ ਕੋਲੋਂ ਕੋਈ ਸ਼ਾਇਦ ਆਤਪੁਰ ਖਰੀਦੀ ਆ ਮੋਟਰਸਾਈਕਲ ਦੀ ਗਲੇ ਵਿੱਚ ਫੇਰਨ ਵਾਸਤੇ ਜਿਹੜੇ ਮੈਨੂੰ ਰੱਸੀ ਦੱਸੀ ਉੱਥੇ ਜਦੋਂ ਵਿਆਹ ਨੂੰ ਹੋਇਆ ਅਤੇ ਉਹ ਸਾਰੇ ਜਾਣੇ ਜਿਹੜੇ ਆ ਪਕੜੇ ਹੋਏ ਆ ਰੁਪਈਆ ਲਿਆ ਸੀ ਨੌਕਰੀ ਵਾਸਤੇ ਦੇਣ ਵਾਸਤੇ ਉਹਨਾਂ ਨੂੰ ਅਤੇ ਮੈਂ ਉਹਨੂੰ ਮਤਲਬ ਉਹ ਆਪਣੀ ਭੂਆ ਕੋਲ ਗਿਆ ਸੀ ਉੱਥੋਂ ਸੱਦਿਆ ਸੀ ਅਤੇ ਉਹਨੂੰ ਦਾਰੂ ਪਿਆਈ ਧਾਰੀਵਾਲ ਫਿਰ ਨਹਿਰ 'ਤੇ ਪਈ ਤੁਰ ਤੁਰ ਜਾ ਕੇ ਅਤੇ ਫਿਰ ਸਾਰਾ ਨਹਿਰ 'ਤੇ ਕਰਕੇ ਮੈਨੂੰ ਮਾਰਤਾ ਸਾਰਾ ਸਾਡੇ ਕੋਲ ਗਲਤੀ ਹੋ ਗਈ ਸਰ ਸੋਚ ਕੋਈ ਨਹੀਂ ਸ਼ਰਾਬ ਪੀਤੀ ਦੇ ਨਾਲ ਹੋਇਆ ਸਰ ਸਭ ਕੁਛ ਕਿੰਨੇ ਜਣੇ ਸੀ ਨਾਲ 2 ਜਣੇ ਸਰ ਇਹ ਵੀ ਰਿਸ਼ਤੇਦਾਰ ਨੇ ਹਾਂਜੀ ਇੱਕ ਮਾਸੀ ਦਾ ਮੁੰਡਾ ਵਾ ਜੀ ਐਸ ਆਈ ਬਲਜੀਤ ਸਿੰਘ ਮੁੱਖ ਅਫਸਰ ਥਾਣਾ ਘੁੰਮਣ ਕਲਾਂ ਨੂੰ ਤਲਾਹ ਮਿਲੀ ਸੀ
ਕਿ ਉਹਨਾਂ ਦੇ ਇਲਾਕੇ ਨਹਿਰ ਦੇ ਕੰਢੇ ਸਰਕੰਡਿਆਂ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੋਈ ਹੈ ਜੋ ਅੱਧੀ ਸੜੀ ਹੋਈ ਹੈ ਔਰ ਉਸ ਲਾਸ਼ ਨੂੰ ਕੁੱਤੇ ਖਾ ਰਹੇ ਹਨ। SHO ਨੇ ਜਾ ਕੇ ਉਹ ਲਾਸ਼ ਕਬਜ਼ੇ ਵਿੱਚ ਲੈ ਕੇ ਗੁਰਦਾਸਪੁਰ ਸਿਵਲ ਹਸਪਤਾਲ ਰੱਖ ਦਿੱਤੀ। ਇੱਕ ਮੋਟਰਸਾਈਕਲ ਵਾਰਸ ਬਟਾਲਾ ਪੁਲਿਸ ਵਾਲਿਆਂ ਨੂੰ ਮਿਲਿਆ। ਉਸ ਮੋਟਰਸਾਈਕਲ ਤੋਂ ਇਸ ਨੌਜਵਾਨ ਦੀ ਸ਼ਨਾਖਤ ਰਜਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਰੇਰਵਾਲਾ ਛੀਨਾ ਥਾਣਾ ਘੁੰਮਣ ਕਲਾਂ ਹੋਈ। ਤਫਤੀਸ਼ ਕਰਨ 'ਤੇ ਪਾਇਆ ਗਿਆ ਕਿ ਮ੍ਰਿਤਕ ਰਜਿੰਦਰ ਸਿੰਘ ਨੇ 30 ਲੱਖ ਰੁਪਏ ਆਪਣੀ ਸਗੀ ਮਾਸੀ ਦੇ ਮੁੰਡੇ ਹਰਦਿਆਲ ਸਿੰਘ ਵਾਸੀ ਜੱਫਰਵਾਲ ਨੂੰ ਆਪਣੇ ਭੈਣ ਅਤੇ ਭਣੋਈਏ ਨੂੰ ਐਜੂਕੇਸ਼ਨ ਮਹਿਕਮੇ ਵਿੱਚ ਨੌਕਰੀ ਦਿਵਾਉਣ ਕਰ ਦਿੱਤੇ ਹੋਏ ਸਨ, ਪਰੰਤੂ ਹਰਦਿਆਲ ਸਿੰਘ ਨੇ ਦੋਵਾਂ ਨੂੰ ਨੌਕਰੀ ਦਿਵਾਉਣ ਦਾ ਵਾਅਦਾ ਕਰਕੇ ਕਿ ਹਾਂ ਇਹਨਾਂ ਨੂੰ ਆਪਾਂ ਨੌਕਰੀ ਦਿਵਾਵਾਂਗੇ, 30 ਲੱਖ ਰੁਪਏ ਲਏ। ਉਸ ਤੋਂ ਬਾਅਦ ਟਾਈਮ ਨਿਕਲਦਾ ਗਿਆ ਅਤੇ ਜਨਵਰੀ 25 ਨੂੰ ਉਹਨੇ ਵਾਪਸ ਕਰਨੇ ਹੀ ਪੈਸੇ। ਉਹਨਾਂ ਨੇ ਪਹਿਲਾਂ ਤੋਂ ਸਾਜਿਸ਼ ਰਚ ਕੇ ਇੱਕ ਇਹ ਹਰਦਿਆਲ ਸਿੰਘ ਜੱਫਰਵਾਲ ਮਾਸੀ ਦਾ ਮੁੰਡਾ, ਇੱਕ ਹੋਰ ਮਾਸੀ ਦਾ ਮੁੰਡਾ ਸੁਰਜੀਤ ਸਿੰਘ ਡੇਰੀਵਾਲ, ਇਹਨਾਂ ਨੇ ਰਲ ਕੇ ਇੱਕ ਬਾਹਮਣ ਆ ਕੋਈ ਲੇਲਾਂ ਦਾ ਤਰੁਣ ਕੁਮਾਰ, ਹਾਂਜੀ, ਤਿੰਨਾਂ ਨੇ ਮਿਲ ਕੇ ਅਤੇ ਸਾਜਿਸ਼ ਬਣਾਈ ਇਹਨੂੰ ਮਾਰਨ ਦੀ। ਹਾਂਜੀ, ਕਮਿਟਮੈਂਟ ਇਹੀ ਨੌਕਰੀ ਕਰਕੇ ਕਿ ਹਾਂ ਤੁਹਾਨੂੰ ਸਰਕਾਰੀ ਨੌਕਰੀ ਦਵਾਈ ਜਾਊਗੀ, ਮੈਨੂੰ ਪ੍ਰਿੰਸੀਪਲ ਦੀ ਅਤੇ ਮੇਰੇ ਹਸਬੈਂਡ ਨੂੰ ਟੀਚਰ ਦੀ। ਕਹਿੰਦਾ ਸੀ ਕਿ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਪਤਾ ਲੱਗ ਜੂਗਾ, ਅਤੇ ਉਸ ਤੋਂ ਬਾਅਦ ਜਦੋਂ ਨਹੀਂ ਗੱਲ ਬਣੀ ਤਾਂ ਫਿਰ ਅਸੀਂ ਕਿਹਾ ਕਿ ਚਲੋ ਸਾਡੇ ਪੈਸੇ ਵਾਪਸ ਕਰ ਦਿਉ। ਮੇਰਾ ਵੀਰ ਵੀ ਮਤਲਬ ਜਾਂਦਾ ਰਿਹਾ, ਅਸੀਂ ਵੀ ਇਹਨੂੰ ਕਿਹਾ ਕਿ ਚਲੋ ਹੁਣ ਜੇ ਗੱਲ ਨੌਕਰੀ ਦੀ ਨਹੀਂ ਬਣੀ ਤਾਂ ਫਿਰ ਪੈਸੇ। ਇਹ ਇਰਸ਼ਾਦ ਅਹਿਮਦ ਸਨ ਆਫ ਮੁਹੰਮਦ ਅਸਲਮ ਵਾਸੀ ਹਾੜੀ, ਇਹ ਜ਼ਿਲ੍ਹਾ ਪੁੰਛ ਦਾ। ਇਹ ਅਸੀਂ ਸੀਕ੍ਰੇਟ ਇਨਫੋਰਮੇਸ਼ਨ 'ਤੇ ਰਾਊਂਡ ਅਪ ਕੀਤਾ ਆ। ਇਹਦੇ ਖਿਲਾਫ਼ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ ਆਫੀਸ਼ੀਅਲ ਸੀਕ੍ਰੇਟ ਐਕਟ ਦਰਜ ਕੀਤਾ ਅਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ।